ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਮੂੰਗੀ ਦੀ ਫਸਲ ਕਈ ਮਹੀਨੇ ਲਗਾਤਾਰ ਬੀਜੀ ਜਾਂਦੀ ਹੈ। ਕਾਫੀ ਫਾਰਮਰ ਨੂੰ ਡਾਊਟ ਹੁੰਦੇ ਹੈਗੇ ਆ ਕਿ 60 ਦਿਨ ਦੇ ਵਿੱਚ ਵਾਕਈ ਕੱਟੀ ਜਾਵੇਗੀ। ਕੋਈ ਫਾਰਮਰ ਆਲੂ ਪੱਟਣ ਤੋਂ ਬਾਅਦ ਲਾਉਂਦਾ, ਸਬਜ਼ੀਆਂ ਤੋਂ ਬਾਅਦ ਲਾਉਂਦੇ ਆ, ਮਾਰਚ ਦੇ ਮਹੀਨੇ ਵਿੱਚ ਗੋਲਡਨ ਵਿੰਡੋ 'ਚ ਬਿਜਾਈ ਕਰਦੇ ਹੈਗੇ ਆ, ਕੁਝ ਫਾਰਮਰ 15-20 ਅਪ੍ਰੈਲ ਤੋਂ ਬਾਅਦ ਦੇ ਵਿੱਚ ਲਾਉਂਦੇ ਆ। ਅਤੇ ਅੱਜ ਆਪਾਂ ਸਟਾਰ ਐਗਰੀ ਸੀਡ ਦੇ ਜਿਹੜੇ R&D ਪਲਾਟ ਹੈਗਾ, ਉੱਥੇ ਆਪਣੇ ਨਾਲ ਸੀਨੀਅਰ ਬਰੀਡਰ ਮੌਜੂਦ ਰਹਿਣਗੇ, ਡਾਕਟਰ ਗਗਨਦੀਪ ਸਿੰਘ। ਅਤੇ ਉਹਨਾਂ ਦੇ ਨਾਲ ਆਪਾਂ ਜਾਣਕਾਰੀ ਡਿਸਕਸ਼ਨ ਕਰਾਂਗੇ ਕਿ ਜਿਹੜੀ ਮੂੰਗ ਆ Star 444, ਉਹਦਾ ਬੇਸਿਕਲੀ ਫਾਰਮਰ ਗਰਾਊਂਡ ਲੈਵਲ 'ਤੇ ਕਰੈਕਟਰ ਕੀ ਹੈ, ਉਹਦਾ ਕਿੰਨਾ ਬੀਜ ਪੈਂਦਾ ਹੈਗਾ, ਉਹਦੀ ਫਲੀਆਂ ਦੇ ਵਿੱਚ ਦਾਣੇ ਕਿੰਨਾ ਹੁੰਦੇ ਹੈਗੇ ਆ, ਉਹਨੂੰ ਕੀ ਫੰਗਸ ਤੋਂ ਖਤਰਾ ਹੈਗਾ, ਉਹਦੀ ਮੈਕਸੀਮਮ ਯੀਲਡ ਕਿੰਨੀ ਜਾ ਸਕਦੀ ਹੈ, ਅਤੇ ਕੀ ਪੈਟਰਨ ਕਿੰਨਾ ਆਪਾਂ ਨੇ ਬੀਜ ਪ੍ਰਤੀ ਏਕੜ ਯੂਜ਼ ਕਰਨਾ ਹੈਗਾ, ਪਿਛਲੀ ਵਾਰ ਦੇ ਕੀ ਰੁਝਾਨ ਰਹੇ ਹੈਗੇ, ਇਹ ਸਾਰੇ ਸਵਾਲਾਂ ਦੇ ਅਰਧ ਗਿਰਧ ਆਪਣੀ ਵੀਡੀਓ ਘੁੰਮੇਗੀ। ਅਤੇ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਹੈ ਤੁਹਾਡਾ ਸਾਡੀ ਆਡੀਅੰਸ 'ਤੇ। ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਵੀ ਜੀ। ਇਹ ਸਟਾਰ ਜਿਹੜੀ 444 ਵਰਾਇਟੀ ਹੈ, ਕਾਫੀ ਸਾਲਾਂ ਤੋਂ ਫਾਰਮਰ ਦੇ ਵਿੱਚ ਪਾਪੂਲਰ ਹੈਗੀ ਆ। ਹਾਂਜੀ, ਹੁਣ ਪੋਟੈਟੋ ਦੀ ਹਾਰਵੈਸਟਿੰਗ ਹੋ ਰਹੀ ਆ, ਆਲੂ ਪੁੱਟੇ ਜਾ ਰਹੇ ਹੈਗੇ ਆ, ਅਤੇ ਐਂਡ ਫਰਵਰੀ ਸਟਾਰਟਿੰਗ ਆਫ ਮਾਰਚ, ਪੂਰਾ ਮਾਰਚ ਇਹਦੀ ਬਿਜਾਈ ਹੋਣੀ ਹੈਗੀ ਹੈ। ਕੀ ਬੈਸਟ ਜਿਹੜੇ ਫਾਰਮਰ ਨੂੰ ਫੋਲੋ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਇਸ ਵਰਾਇਟੀ ਦਾ ਮੈਕਸੀਮਮ ਜਿਹੜਾ ਲਾਸਟ ਟਾਈਮ ਝਾੜ ਆਇਆ ਸੀਗਾ ਉਹ ਆਪਾਂ ਇਸ ਵਾਰੀ ਵੀ ਲੈ ਸਕੀਏ? ਬਿਲਕੁਲ, ਪਹਿਲਾਂ ਤਾਂ ਮੈਂ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਜਿਹੜੀ ਇਹ ਵਰਾਇਟੀ ਬਣਾਈ ਗਈ ਆ ਜੀ, ਇਹਦੀ ਬਿਜਾਈ ਅਸੀਂ ਜਿਹੜੀ ਰੈਕਮੈਂਡ ਕਰਦੇ ਹੈਗੇ ਹਾਂ 10 ਫਰਵਰੀ ਤੋਂ ਲੈ ਕੇ ਤੁਸੀਂ ਪੂਰੇ ਅਪ੍ਰੈਲ ਤੱਕ ਵੀ ਇਹਦੀ ਬਿਜਾਈ ਕਰ ਸਕਦੇ ਹੋ ਜੀ। ਅਤੇ ਉਹ ਜਿਹੜਾ ਬੈਸਟ ਟਾਈਮ ਮੰਨਿਆ ਜਾਂਦਾ, ਤੁਸੀਂ ਚਾਹੇ ਫਰਵਰੀ 'ਚ ਕਰੋ ਜਾਂ ਮਾਰਚ 'ਚ ਕਰੋ, ਚਾਹੇ ਅਪ ਟੂ ਅਪ੍ਰੈਲ ਤੁਸੀਂ ਬਿਜਾਈ ਇਹਦੀ ਕਰ ਸਕਦੇ ਹੋ ਜੀ। ਅਤੇ ਜਿੰਨਾ ਕੁ ਸਾਡੇ ਟ੍ਰਾਇਲਸ ਲੱਗੇ ਨੇ ਜਾਂ ਪਿਛਲੇ ਸਾਲ ਵੀ ਜੋ ਡਾਟਾ ਸਾਡੇ ਕੋਲ ਸਾਰਾ ਜਨਰੇਟ ਹੋਇਆ ਜਾਂ ਅਸੀਂ ਜੋ ਪਹਿਲਾਂ ਵਰਾਇਟੀ ਰਿਲੀਜ਼ ਕਰਨ ਤੋਂ ਪਹਿਲਾਂ ਡਾਟਾ ਜਨਰੇਟ ਕੀਤਾ ਜੀ, ਅਤੇ ਅਸੀਂ ਇਹਦੇ ਵਿੱਚ 12 ਕੁਇੰਟਲ ਤੱਕ ਦਾ ਝਾੜ ਪ੍ਰਤੀ ਏਕੜ ਲੈ ਸਕਦੇ ਹੈਗੇ ਹਾਂ। ਠੀਕ ਹੈ ਜੀ। ਹਾਂਜੀ, ਅਤੇ 12 ਕੁਇੰਟਲ ਐਵਰੇਜ ਆਜੇ ਤਾਂ ਬਹੁਤ ਜ਼ਿਆਦਾ ਵੱਡੀ ਗੱਲ ਹੁੰਦੀ ਹੈ, ਪਰ ਇਸ ਪੈਟਰਨ ਦੇ ਉੱਤੇ ਕੋਈ ਫਾਰਮਰ ਨੇ ਆਪਣੇ ਖੇਤ ਨੂੰ ਇਸ ਵਰਾਇਟੀ ਦੇ ਲਈ ਯੂਜ਼ ਕਰਨਾ ਹੈਗਾ, ਕੀ ਉਹਨੂੰ ਹੋਰ ਪ੍ਰੈਕਟਿਸ ਧਿਆਨ ਦੇ ਵਿੱਚ ਰੱਖਣੀ ਪਊਗੀ, ਖਾਦਾਂ ਦਾ, ਇਹਦੀ ਬੀਜ ਦੀ ਮਾਤਰਾ ਪ੍ਰਤੀ ਏਕੜ ਕਿੰਨੀ ਯੂਜ਼ ਕਰਨੀ? ਬੀਜ ਦੀ ਮਾਤਰਾ ਜੀ ਦੇਖੋ, 10 ਕਿਲੋ ਪਰ ਏਕੜ ਅਗਰ ਫਾਰਮਰ ਯੂਜ਼ ਕਰ ਰਿਹਾ ਤਾਂ 19 ਕੁ ਸਫੀਸ਼ੈਂਟ ਆ, 19 ਇਨਫ ਆ ਜੀ। ਉਹਦੇ ਵਿੱਚ ਉਹਨੂੰ ਇੰਨਾ ਅਸੀਂ ਜਿਹੜਾ ਹਾਰਵੈਸਟ ਆ ਉਹ ਅਸੀਂ ਐਕਸਪੈਕਟ ਕਰ ਸਕਦੇ ਹਾਂ, ਉਮੀਦ ਲਾ ਸਕਦੇ ਹਾਂ ਕਿ ਉਹਨੂੰ 10-12 ਕੁਇੰਟਲ ਤੱਕ ਦਾ ਝਾੜ ਆ ਸਕਦਾ ਜੀ। ਜਿੰਨਾ ਫਾਰਮਰ ਨੇ ਖਾਦ ਪਰਪਸ ਦੇ ਲਈ ਲਾਉਣਾ ਹੁੰਦਾ ਉਹ ਕਈ ਵਾਰ ਜ਼ਿਆਦਾ ਸੀਡ ਰੇਟ ਵੀ ਵਰਤ ਲੈਂਦੇ, ਉਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੁੰਦਾ, ਪਰ ਸਮਰ ਸੀਜ਼ਨ ਦੇ ਵਿੱਚ ਕਈ ਵਾਰ ਦੇਖਿਆ ਗਿਆ ਕਿ ਫਾਰਮਰ 20 ਕਿਲੋ ਸੀਡ ਅਗਰ ਯੂਜ਼ ਕਰ ਲੈਂਦੇ ਹੈਗੇ ਆ ਤਾਂ ਉਹਨਾਂ ਦੀ ਪ੍ਰੋਡਕਸ਼ਨ ਪ੍ਰਭਾਵਿਤ ਹੋ ਜਾਂਦੀ ਹੈ। ਨਹੀਂ, ਉਹਦੇ ਵਿੱਚ ਤਾਂ ਫਿਰ ਇਹੀ ਹੈ ਕਿ ਜਦੋਂ ਸਾਨੂੰ 10 ਕਿਲੋ ਪਰ ਏਕੜ ਜਿਹੜਾ ਯੂਜ਼ ਰੈਕਮੈਂਡਡ ਹੈਗਾ ਜਿਹੜਾ ਜੀ, ਉਹਦੇ 'ਚ ਸਾਨੂੰ ਜੇ ਝਾੜ ਯੂਜ਼ ਮਿਲ ਰਿਹਾ ਤਾਂ ਸਾਨੂੰ ਫਾਲਤੂ ਬੀਜ ਜਿਹੜੀ ਵਧਾਉਣ ਦੀ ਲੋੜ ਨਹੀਂ ਹੈ। 20 ਕਿਲੋ ਪਰ ਏਕੜ ਤਾਂ ਜੀ ਬਹੁਤ ਜ਼ਿਆਦਾ ਸੀਡ ਹੋ ਜਾਂਦਾ ਜੀ, ਉਹ ਥੋੜ੍ਹਾ ਇੱਕ ਜਿਹੜਾ ਕਿ ਫਾਰਮਰਸ ਦੇ ਵਿੱਚ ਥੋੜ੍ਹਾ ਉਸ ਚੀਜ਼ ਨੂੰ ਲੈ ਕੇ ਕੁਛ ਕਨਫਿਊਜ਼ਨ ਵੀ ਰਹਿੰਦੀ ਹੈ ਕਿ ਜੇ ਅਸੀਂ 10 ਕਿਲੋ ਪਰ ਏਕੜ ਯੂਜ਼ ਕਰਾਂਗੇ ਤਾਂ ਸਾਨੂੰ ਕੀ ਇਹ ਝਾੜ ਨਹੀਂ ਮਿਲੇਗਾ ਸਹੀ, ਅਤੇ ਉਹ ਵੱਧ ਵੀ ਪਾਉਂਦੇ ਆ, 15-20 ਕਿਲੋ ਤੱਕ ਵੀ ਲੈ ਕੇ ਜਾਂਦੇ ਨੇ, ਬਿਲਕੁਲ, ਜਿਹੜੀ ਕਿ ਉਹ ਗੱਲ ਠੀਕ ਨਹੀਂ ਆ। ਆਪਾਂ ਜਿਹੜਾ ਐਕਸਟਰਾ ਪਾ ਰਹੇ ਹਾਂ ਉਹਨੇ ਸਾਡੇ ਝਾੜ ਨੂੰ ਕੋਈ ਬਹੁਤ ਵਧਾ ਨਹੀਂ ਦੇਣਾ ਜੀ, ਅਤੇ ਇਸ ਲਈ 10 ਕਿਲੋ ਤੱਕ ਦਾ ਸਫੀਸ਼ੈਂਟ ਆ ਜੀ ਪਰ ਏਕੜ ਦੇ ਹਿਸਾਬ ਨਾਲ ਜੀ। ਅਤੇ ਇੱਕ ਆਮ ਹੀ ਮੂੰਗੀ ਦੇ ਨਾਲ ਜੁੜੀ ਹੋਈ ਇੱਕ ਆਪਾਂ ਕਹਿ ਲਓ ਲਾਈਨ ਹੈਗੀ ਆ, ਮਿੰਥ ਹੈਗਾ ਕਿ 60 ਦਿਨ ਦੇ ਵਿੱਚ ਖੇਤ ਖਾਲੀ ਕਰ ਦਿੰਦੀ ਹੈਗੀ ਆ, ਕਿ ਆਪਾਂ ਕਹਿ ਸਕਦੇ ਹਾਂ ਕਿ 5 ਦਿਨ ਦੇ ਵਿੱਚ ਇਹਦੀ ਵਧੀਆ ਜਰਮੀਨੇਸ਼ਨ ਹੋ ਜਾਂਦੀ ਹੈ? ਹਾਂਜੀ, 5 ਦਿਨ ਦੇ ਵਿੱਚ ਜਰਮੀਨੇਸ਼ਨ ਵਧੀਆ ਜੀ, ਅਤੇ ਇਹਦਾ ਅਸੀਂ ਡੂਰੇਸ਼ਨ ਜਿਹੜੀ ਆ 60-65 ਦਿਨ ਤੱਕ ਦੀ ਅਸੀਂ ਓਬਜ਼ਰਵ ਕੀਤੀ ਹੈਗੀ ਆ। ਅਲੱਗ ਅਲੱਗ ਸਟੇਟਸ ਦੇ ਵਿੱਚ ਜਿਵੇਂ ਸਾਡਾ ਲੱਗਦਾ ਹੈਗਾ, ਅਤੇ ਉੱਥੇ ਸਾਡੇ 60-65 2-4 ਦਿਨ ਪਲੱਸ ਮਾਈਨਸ ਦੇ ਵਿੱਚ ਲਾ ਕੇ ਅਤੇ 65 ਦਿਨ ਤੱਕ ਦੀ ਅਸੀਂ
ਇਹਦਾ ਹਾਰਵੈਸਟ ਅਸੀਂ ਐਕਸਪੈਕਟ ਕਰ ਸਕਦੇ ਹਾਂ ਸੋਇੰਗ ਤੋਂ ਬਾਅਦ? ਜਿਹੜਾ ਪੀਲਾ ਰੁਤਵਾ ਰੋਗ ਆਉਂਦਾ ਹੈਗਾ ਮੂੰਗੀ ਦੇ ਉੱਪਰ, ਇਸ ਵੈਰਾਈਟੀ ਦੇ ਉੱਤੇ ਲਾਸਟ ਟਾਈਮ ਕੀ ਰੁਝਾਨ ਰਿਹਾ? ਲਾਸਟ ਟਾਈਮ ਵੀ ਠੀਕ ਰਿਹਾ ਜੀ, ਅਤੇ ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਟ੍ਰਾਇਲਸ ਲਗਾਏ ਨੇ ਇਹਦੇ ਮਲਟੀਪਲ ਲੋਕੇਸ਼ਨਸ 'ਤੇ, ਅਤੇ ਯੈਲੋ ਮੋਜ਼ੈਕ ਵਾਇਰਸ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਸ਼ਿਕਾਇਤ ਨਹੀਂ ਆਈ ਜੀ? ਕਿ ਕਈ ਵਾਰ ਫਾਰਮਰ ਜ਼ਿਆਦਾ ਹੀ ਸਾਂਭ ਸੰਭਾਲ ਕਰ ਦਿੰਦੇ ਆ। ਵੈਸੇ ਤਾਂ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈਗੀ ਕਿ ਪੋਟਾਸ਼ ਅਤੇ DAP ਜਿੰਨੀ ਵੀ ਤੁਸੀਂ ਦੇਣੀ ਹੈਗੀ ਆ ਬਿਜਾਈ ਸਮੇਂ ਦੇ ਦਿਓ। ਕਈ ਫਾਰਮਰ ਦੇ ਖੇਤਾਂ ਦੇ ਵਿੱਚ ਪਾਣੀ ਨਹਿਰੀ ਬਹੁਤ ਅਵੇਲੇਬਲ ਹੁੰਦਾ, ਉਹ ਜ਼ਿਆਦਾ ਪਾਣੀ ਲਗਾ ਲੈਂਦੇ ਨੇ ਕਿਉਂਕਿ ਡਰਾਈ ਲਿਵਿੰਗ ਪਲਾਂਟ ਹੈਗਾ, ਬਾਇਓਮਾਸ ਜ਼ਿਆਦਾ ਬਣ ਜਾਂਦਾ, ਫਲੀਆਂ ਲੇਟ ਆਉਂਦੀਆਂ ਘੱਟ ਆਉਂਦੀਆਂ, ਪੱਤਾ ਜ਼ਿਆਦਾ ਬਣ ਜਾਂਦਾ ਹੈਗਾ। ਤਾਂ ਇਸ ਤਰ੍ਹਾਂ ਦੀਆਂ ਕੋਈ ਕਾਫੀ ਗਲਤੀਆਂ ਹੈਗੀਆਂ ਜਿਹੜੀਆਂ ਮੂੰਗੀ ਦੀ ਫਸਲ ਦੇ ਵਿੱਚ 60 ਦਿਨਾਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਦੇਖਣ ਦੀ ਲੋੜ ਹੈਗੀ ਜਿਨ੍ਹਾਂ ਨੂੰ? ਉਹਦੇ ਵਿੱਚ ਤਾਂ ਇਹੀ ਆ ਜੀ ਕਿ ਜਿਹੜੀ ਪਾਣੀ ਦੀ ਜਿਹੜੀ ਫ੍ਰੀਕੁਐਂਸੀ ਜਿਹੜੀ ਫਾਰਮਰ ਜ਼ਿਆਦਾ ਯੂਜ਼ ਕਰ ਰਿਹਾ, 3-3 ਪਾਣੀ ਲਗਾ ਰਹੇ ਨੇ ਜੀ, ਬੀਇੰਗ ਜਿਹੜਾ ਨੂੰ ਕੀ ਆ, ਉਹਨਾਂ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜੀ। ਜੀ, ਪਹਿਲੀ ਗੱਲ ਤਾਂ ਇਹ ਹੈਗੀ, ਇੱਕ ਇਹਨੂੰ ਫਲੱਡ ਵਾਟਰ ਵੀ ਨਹੀਂ ਮੇਰਾ ਖਿਆਲ ਚਾਹੀਦਾ, ਇਹ ਕਾਫੀ ਜ਼ਿਆਦਾ ਫਿਰ ਬਣਾਉਂਦੀ ਹੈ। ਹਾਂਜੀ ਬਿਲਕੁਲ, ਉਹਦੇ ਨਾਲ ਕਿਉਂਕਿ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ, ਅਤੇ ਉਹਦੇ ਕਰਕੇ ਕੀ ਕਿ ਮੋਇਸਚਰ ਜਦੋਂ ਜ਼ਿਆਦਾ ਆ ਜਾਂਦਾ ਅਤੇ ਉਹਦੇ ਨਾਲ ਜਿਹੜੀ ਡਿਜ਼ੀਜ਼ ਦੀ ਜਿਹੜੀ ਬਿਮਾਰੀ ਦੀ ਸਮੱਸਿਆ ਹੈਗੀ ਆ ਉਹ ਜ਼ਿਆਦਾ ਆਉਂਦੀ ਆ। ਅਤੇ ਫਲੀਆਂ ਦਾ ਪਕਾ ਕਿਸ ਤਰੀਕੇ ਦਾ ਰਹਿੰਦਾ ਹੈਗਾ? ਕਿ ਕਈ ਵਾਰ ਫਾਰਮਰ ਕੰਪਲੇਂਟ ਕਰਦੇ ਹੈਗੇ ਕਿ ਇੱਕ ਸਾਰ ਪਕਾ ਨਹੀਂ ਹੋਇਆ, ਕੰਬਾਈਨ ਦੇ ਨਾਲ ਹਾਰਵੈਸਟ ਕਰ ਰਹੇ ਸੀ, ਕਾਫੀ ਜਿਹੜੇ ਦਾਣੇ ਆ ਉਹ ਨੀਚੇ ਗਿਰ ਜਾਂਦੇ ਹੈਗੇ। ਨਹੀਂ, ਇਹਦੇ ਵਿੱਚ ਉਹੀ ਹੈ ਕਿ ਜਿਹੜਾ ਚਿਟਕਣੇ ਦੀ ਜਿਹੜੀ ਪ੍ਰੋਬਲਮ ਹੈਗੀ ਆ, ਜਿਹੜੀ ਸਮੱਸਿਆ ਫਾਰਮਰ ਨੂੰ ਆਉਂਦੀ ਹੈਗੀ ਆ, ਉਹ ਇਹਦੇ ਵਿੱਚ ਬਿਲਕੁਲ ਨਹੀਂ ਆਉਂਦੀ ਹੈਗੀ। ਠੀਕ ਹੈ, ਜਿਹੜੇ ਫਾਰਮਰਾਂ ਦੇ ਰੁਝਾਨ ਸਾਡੇ ਕੋਲ ਪਿਛਲੇ ਸਾਲ ਵੀ ਆਏ ਨੇ, ਉਹਦੇ 'ਚ ਅਸੀਂ ਇਹੀ ਦੇਖਿਆ ਕਿ ਇਹ ਸਮੱਸਿਆ ਨਹੀਂ ਆਈ ਹੈਗੀ ਜੀ। ਇਹਦੇ ਲਈ ਕੰਬਾਈਨ ਦਾ ਜਿਹੜਾ ਯੂਜ਼ ਹੈ ਉਹ ਬਿਲਕੁਲ ਪ੍ਰਾਪਤ ਹੈਗਾ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕੰਬਾਈਨ। ਫਲੀਆਂ 'ਚ ਦਾਣੇ ਨਹੀਂ ਡਿੱਗਦੇ? ਫਲੀਆਂ 'ਚੋਂ ਦਾਣੇ ਨਹੀਂ ਡਿੱਗਣਗੇ, ਕੰਬਾਈਨ ਤੁਸੀਂ ਬੇਝਿਜਕ ਬਿਲਕੁਲ ਆਰਾਮ ਨਾਲ ਯੂਜ਼ ਕਰ ਸਕਦੇ ਹੈਗੇ। ਅਤੇ ਲਾਸਟ ਟਾਈਮ ਡੁਪਲੀਕੇਸੀ ਵੀ ਇਹਦੀ, ਕਿਉਂਕਿ ਇਸੇ ਨਾਮ ਤੋਂ ਕਾਫੀ ਹੋਰ ਤਰ੍ਹਾਂ ਮਾਰਕੀਟ ਦੇ ਵਿੱਚ ਇਹਦੇ ਵਰਗੇ ਕੰਪਨੀਆਂ ਦੇ ਬੀਜ ਆਏ ਸੀਗੇ ਮੂੰਗ ਦੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਤਾਂ ਹੁਣ ਇਹੀ ਹੈ ਕਿ ਜਿਹੜਾ ਹੁਣ ਇਸ ਵਾਰ ਫਾਰਮਰ ਖਰੀਦ ਰਿਹਾ ਉਹ ਪ੍ਰੋਪਰ ਇੱਕ ਲੇਵਲ ਦੇਖ ਕੇ ਖਰੀਦੇ, 4 ਐਗਰੀ ਸੀਡਸ ਦਾ ਇੱਕ ਪ੍ਰੋਪਰ ਆਪਣਾ ਜਿਹੜਾ ਲੋਗੋ ਹੈਗਾ ਉਹ ਦੇਖੇ, ਕਿਉਂਕਿ ਲੋਗੋ ਦੀ ਡੁਪਲੀਕੇਸੀ ਕਿੱਥੇ ਨਾ ਕਿੱਥੇ ਪਕੜੀ ਜਾਏਗੀ ਆਰਾਮ ਨਾਲ ਜੀ। ਉਹ ਅਗਰ ਲੋਗੋ ਦੇਖ ਕੇ ਲੈ ਰਿਹਾ ਅਤੇ ਪਲੱਸ 4-444 ਉਹਦੇ 'ਤੇ ਪ੍ਰੋਪਰ ਲਿਖਿਆ ਹੋਇਆ, ਉੱਥੋਂ ਦੀ ਉਹਨੂੰ ਇਹ ਸਮਝ ਆ ਜਾਏਗੀ ਕਿ ਇਹ ਓਰੀਜਨਲ ਆ, ਅਤੇ ਪਲੱਸ ਜਿਹੜੇ ਆਥੋਰਾਈਜ਼ ਡਿਸਟ੍ਰੀਬਿਊਟਰ ਹੈਗੇ ਨੇ ਉਹਨਾਂ ਤੋਂ ਹੀ ਬੀਜ ਖਰੀਦੇ। ਸਰ ਇੱਕ ਲਾਸਟ ਕੁਐਸਚਨ, ਕਿ ਮੂੰਗੀਆਂ ਕਾਫੀ ਹੈਗੀਆਂ, ਸਰਕਾਰੀ ਅਦਾਰਿਆਂ ਦੀਆਂ ਵੀ ਮੂੰਗੀਆਂ ਦੇ ਬੀਜ ਆ ਰਹੇ ਹੈਗੇ ਆ, ਸਟਾਰ ਐਗਰੀ ਸੀਡ ਦਾ ਜਿਹੜਾ ਇਹ ਤੁਹਾਡਾ ਸਟਾਰ 444 ਸੈਗਮੈਂਟ ਹੈ, ਇਹਦੀ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਡਿਮਾਂਡ ਆ ਰਹੀ ਹੈ, ਇਹਦਾ ਕੀ ਕਾਰਨ ਹੈਗਾ? ਕਾਰਨ ਇਹ ਹੈ ਕਿ ਹੁਣ ਪਿਛਲੇ ਸਾਲ ਬਹੁਤ ਸਾਰੇ ਫਾਰਮਰਸ ਨੇ ਲਗਾਇਆ ਜੀ, ਅਤੇ ਉਹਨਾਂ ਨੂੰ ਉਹ ਚੀਜ਼ ਦੇਖਣ ਨੂੰ ਮਿਲੀ ਕਿ ਜਿਹੜੀ ਅਸੀਂ ਗੱਲਾਂ ਕਹੀਆਂ ਨੇ, ਚਾਹੇ ਉਹ ਝਾੜ ਨੂੰ ਲੈ ਕੇ ਆ ਜਾਂ ਇਹਦੇ ਫਲੀਆਂ ਦੇ ਵਿੱਚ ਚਟਕਣ ਦੀ ਗੱਲ ਹੈਗੀ ਆ, ਅਤੇ ਜਦੋਂ ਉਹਨੂੰ ਉਹ ਪ੍ਰਣਾਮ ਮਿਲੇ ਹੈਗੇ, ਉਹਦੇ ਨਤੀਜੇ ਮਿਲੇ ਨੇ, ਅਤੇ ਉਹ ਬਿਲਕੁਲ ਉਹ ਫਾਰਮਰ ਦਾ ਜਦੋਂ ਅੱਛਾ ਇੱਕ ਫੀਡਬੈਕ ਰਿਹਾ ਹੈਗਾ, ਅਤੇ ਇਸ ਲਈ ਅਸੀਂ ਬਿਲਕੁਲ ਇਸ ਸਾਲ ਵੀ ਇਹੀ ਉਮੀਦ ਕਰਾਂਗੇ ਬਿਲਕੁਲ ਕਿ ਇਸ ਸਾਲ ਵੀ ਉਨੀ ਹੀ ਡਿਮਾਂਡ ਰਹੇ, ਕਿਉਂਕਿ ਪਿਛਲੇ ਸਾਲ ਦੇ ਰੁਝਾਨ ਬਹੁਤ ਵਧੀਆ ਸੀਗੇ। ਠੀਕ ਹੈ ਜੀ ਸਰ, ਤੁਸੀਂ ਗੱਲਬਾਤ ਲਈ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।